ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ। ਖਾਲਸਾ ਜੀ ਦੇਖੋ ਅਸੀਂ ਆਪਣਾ ਭਰਾਵਾਂ ਵਾਸਤੇ ਲੰਗਰ ਲੈ ਕੇ ਜਾ ਰਹੇ ਹਾਂ ਔਰ ਸਾਡੀਆਂ ਕਿੰਨਾ ਗੱਡੀਆਂ ਰੋਕ ਕੇ ਸਾਨੂੰ ਮੈਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਹ ਦੇਖੋ ਤੁਸੀਂ ਕਿਤਨਾ ਪੁਲਿਸ ਕਿਸਾਨ ਆਹ ਦੇਖੋ ਕਿਤਨਾ ਪਿੱਛੇ ਧੱਕਾ ਕਰ ਰਹੀ ਪੁਲਿਸ ਸਾਡੇ ਨਾਲ। ਆਹ ਦੇਖੋ ਕਿਤਨਾ ਪੁਲਿਸ ਪਿੱਛੇ ਪਿੱਛੇ ਗੱਡੀਆਂ ਲੈ ਕੇ ਸਾਨੂੰ ਅਰੈਸਟ ਕਰਨ ਵਾਸਤੇ। ਅਸੀਂ ਕਿਹਾ ਗਰੀਬ ਬੰਦੇ ਆਪਣੇ ਕਿਸਾਨਾਂ ਤੇ ਲੰਗਰ ਨਹੀਂ ਦੇ ਸਕਦੇ, ਆਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਔਰ ਇੱਦੀ ਜਾ ਚੋਲ ਚੋਲ ਤੋਂ ਤੁਰ ਸਿੱਧਾ 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 ਇੱਧਰ ਦੇ। ਆਹ ਦੇਖੋ ਤੁਸੀਂ ਜੀ, ਆਹ ਦੇਖੋ ਤੁਸੀਂ ਕਿਤਨਾ ਧੱਕਾ ਕੀਤਾ ਜਾ ਰਿਹਾ ਪੁਲਿਸ ਵੱਲੋਂ। ਮੇਰੀਆਂ ਗੱਡੀ ਮੈਨੂੰ ਗੱਡੀਆਂ ਚੁੱਕਾ ਕੇ ਮੈਂ ਹੁਣ ਲੰਗਰ ਦੀ ਇਹ ਲੰਗਰ ਦੀ ਗੱਡੀ ਤੇ ਮੈਂ ਜੀਪ ਤੇ ਚੜ੍ਹ ਕੇ ਚੱਲਦਾ ਪਿਆ। ਆਹ ਦੇਖੋ ਤੁਸੀਂ ਇਹ ਸਾਨੂੰ ਇਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦੇ ਆ, ਜ਼ਬਰਦਸਤ ਸਾਨੂੰ ਕੋਸ਼ਿਸ਼ ਕਰਦੇ ਪਏ ਆ, ਇਹ ਸਾਨੂੰ ਰੋਕ ਲੈਣਗੇ ਇਸ ਤਰੀਕੇ ਨਾਲ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਧੱਕੇ ਨਾ ਕਰੋ, ਤੁਸੀਂ ਇੱਦਾਂ ਧੱਕੇ ਨਾ ਕਰੋ। ਆਹ ਦੇਖੋ ਪਿੱਛੇ ਆਹ ਅਸੀਂ ਸਾਰੇ ਚੜ੍ਹ ਕੇ ਲੰਗਰ ਲੈ ਕੇ ਅਸੀਂ ਜਾ ਰਹੇ ਹਾਂ। ਆਹ ਗੁਰੂ ਸਾਹਿਬ ਦਾ ਆਪਣੇ ਪਰਿਵਾਰਾਂ ਦੇ ਵਾਸਤੇ ਸੇਵਾ ਵਾਸਤੇ ਅਸੀਂ ਜਾ ਰਹੇ ਹਾਂ ਔਰ ਸਾਡੇ ਨਾਲ ਜੋ ਕੀਤਾ ਜਾ ਰਿਹਾ ਤੁਸੀਂ ਦੇਖੋ ਕਿਸ ਤਰ੍ਹਾਂ। ਆਹ ਦੇਖੋ ਕਿਸ ਤਰ੍ਹਾਂ ਪਿੱਛੇ ਪੁਲਿਸ ਦੀਆਂ ਗੱਡੀਆਂ ਮੈਨੂੰ ਗੱਡੀ ਨੂੰ ਕੱਢ ਕੇ ਅਰੈਸਟ ਕਰਨ ਲੱਗੇ। ਆਹ ਦੇਖੋ ਰਸਤਿਆਂ ਜਿਪਸੀਆਂ ਲਾ ਕੇ ਮੇਰੇ ਪਿੱਛੇ ਲਾ ਰੱਖੀਆਂ ਨੇ ਵੀ ਅਸੀਂ ਲੰਗਰ ਨਹੀਂ ਪਹੁੰਚਾ ਸਕਦੇ ਹੁਣ, ਅਸੀਂ ਆਪਣੇ ਲੋਕਾਂ ਨੂੰ ਰਸਦ ਵੀ ਨਹੀਂ ਪਹੁੰਚਾ ਸਕਦੇ ਹੁਣ। ਮੈਂ ਵੀਰਾਂ ਦੱਸਣਾ ਚਾਹੁੰਦਾ ਹੈ ਅਸੀਂ ਚੱਲ ਪਏ ਤੁਹਾਡੇ ਕੋਲ, ਸਾਡੀਆਂ 5 ਗੱਡੀਆਂ ਰਸਦ ਦੀਆਂ ਖਾਣਾ ਬਣਾ ਕੇ ਅਸੀਂ ਲੈ ਕੇ ਆਏ ਹਾਂ। ਮੇਰੇ ਵੀਰੋ 15 ਮਿੰਟਾਂ ਤੁਹਾਡੇ ਕੋਲ ਪਹੁੰਚਾਂਗੇ। ਜੇ ਤੁਸੀਂ ਤੂਫਾਨ ਤੋੜ ਕੇ ਕਈ ਕਈ ਬਾਰਡਰ ਤੋੜ ਕੇ ਆ ਸਕਦੇ ਜੇ ਤੇ ਅਸੀਂ ਵੀ ਦਿੱਲੀ 'ਚ ਕੋਸ਼ਿਸ਼ ਕਰਕੇ ਤੁਹਾਡੇ 'ਚ ਹੋਰ 15 ਮਿੰਟਾਂ ਦੇ ਤੁਹਾਡੇ ਤੋਂ ਪਹੁੰਚਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਕਿਸਾਨ ਏਕਤਾ, ਮਾਫ਼ ਕਰਿਓ ਜੇ ਧੱਕੇ ਮੁੱਕਿਆਂ ਦੇ ਅੰਦਰ ਨਹੀਂ ਕੋਈ ਗੱਲਬਾਤ ਹੋ ਪਾ ਰਹੀ, ਪਰ ਜੇ ਸਾਨੂੰ ਅਰੈਸਟ ਕਰਨਗੇ ਅਸੀਂ ਦੁਬਾਰਾ ਵੀਡੀਓ ਪਾਵਾਂਗੇ ਸਾਡੇ ਪੇਜ 'ਤੇ ਰਿਹੋ ਜੇ ਜੇ ਇਹਨਾਂ ਤੁਹਾਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਆਹ ਦੇਖੋ ਧੱਕਾ ਦੇਖੋ, ਅੱਗੇ ਪੁਲਿਸ ਦੀ ਮੇਰੇ ਲਿਆ ਕੇ ਇੱਕ ਜਿਪਸੀ ਦੂਜੀ ਜਿਪਸੀ ਮੇਰੀ ਗੱਡੀ ਰੋਕ ਕੇ ਮੈਨੂੰ ਗੱਡੀ ਨੂੰ ਕੱਢ ਕੇ ਅਰੈਸਟ ਕਰਨ ਦੀ ਕੋਸ਼ਿਸ਼। ਮੈਂ ਭੱਜ ਕੇ ਇਸ ਗੱਡੀ 'ਚ ਚੜ੍ਹ ਕੇ ਨਿਕਲਿਆ ਔਰ ਮੈਂ ਉਹਨੂੰ ਕਿਹਾ ਬਾਈ ਅਸੀਂ ਆਪਣੇ ਬੰਦਿਆਂ ਲਈ ਲੰਗਰ ਲਿਜਾ ਰਹੇ ਹਾਂ, ਇੰਨਾ ਧੱਕਾ ਤਾਂ ਨਾ ਕਰੋ, ਅਸੀਂ ਪੂਰੇ ਦੇਸ਼ ਨੂੰ ਲੰਗਰ ਛਕਾਉਣ ਵਾਲੇ ਲੋਕ ਆ ਔਰ ਅੱਜ ਤੁਸੀਂ ਸਾਡੇ ਨਾਲ ਇਹ ਧੱਕਾ ਕਰਦੇ ਸੀ, ਆਪਣੇ ਪਰਿਵਾਰ ਲੰਗਰ ਨਾ ਛਕਾ ਸਕੀਏ। ਵੀਰ ਜੀ ਅਸੀਂ ਆ ਰਹੇ ਹਾਂ, ਮੈਂ ਆਪਣੇ ਪੇਰਾਂ ਨੂੰ ਜਿਹੜੇ ਬਾਰਡਰ ਤੇ ਖੜੇ ਨੂੰ ਦੱਸਣਾ ਚਾਹੁੰਦਾ ਹੈ ਅਸੀਂ ਕੁਝ ਕਦਮ ਤੁਹਾਡੇ ਤੋਂ ਦੂਰ ਰਹਿ ਗਏ ਹਾਂ, ਬੜੀ ਛੇਤੀ ਤੁਹਾਡੇ ਕੋਲ ਪਹੁੰਚਣ ਵਾਲੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ